ਇੱਕ ਵਾਰ ਇੱਕ ਕਿਸਾਨ ਜੰਗਲ ਵਿੱਚ ਲੱਕੜੀਆਂ ਲੈਣ ਗਿਆ। ਉਸ ਕਿਸਾਨ ਨੇ ਇੱਕ ਲੂੰਬੜੀ ਨੂੰ ਦੇਖਿਆ ਜਿਸ ਦੇ ਦੋ ਪੈਰ ਨਹੀਂ ਸਨ। ਲੂੰਬੜੀ ਨੂੰ ਦੇਖ ਕੇ ਕਿਸਾਨ ਨੂੰ ਬਹੁਤ ਤਰਸ ਆ ਰਿਹਾ ਸੀ। ਉਹ ਇਹ ਸੋਚ ਰਿਹਾ ਸੀ ਕਿ ਇਹ ਲੂੰਬੜੀ ਇਸ ਜੰਗਲ ਵਿੱਚ ਕਿਵੇਂ ਜਿੰਦਾ ਹੈ, ਉਹ ਕੀ ਖਾਂਦੀ ਹੋਵੇਗੀ। ਇੰਨੀ ਦੇਰ ਤੱਕ ਉਸਨੇ ਇੱਕ ਸ਼ੇਰ ਵੇਖਿਆ ਜਿਸ ਦੇ ਮੂੰਹ ਵਿੱਚ ਇੱਕ ਮਾਸ ਦਾ ਟੁਕੜਾ ਸੀ। ਸ਼ੇਰ ਨੂੰ ਦੇਖ ਕੇ ਕਿਸਾਨ ਡਰ ਗਿਆ। ਕਿਸਾਨ ਨੇ ਦੇਖਿਆ ਕਿ ਸ਼ੇਰ ਲੂੰਬੜੀ ਕੋਲ ਆਇਆ ਅਤੇ ਉਸਨੇ ਮਾਸ ਦਾ ਟੁਕੜਾ ਲੂੰਬੜੀ ਅੱਗੇ ਰੱਖ ਦਿੱਤਾ ਅਤੇ ਵਾਪਸ ਚਲਾ ਗਿਆ। ਇਹ ਸਾਰੀ ਘਟਨਾ ਦੇਖ ਕੇ ਕਿਸਾਨ ਆਪਣੇ ਘਰ ਚਲਾ ਗਿਆ ਅਤੇ ਸਾਰੀ ਰਾਤ ਉਸ ਘਟਨਾ ਬਾਰੇ ਸੋਚਦਾ ਰਿਹਾ। ਅਗਲੇ ਦਿਨ ਸਵੇਰੇ ਉੱਠਿਆ ਅਤੇ ਜੰਗਲ ਵੱਲ ਨੂੰ ਲੱਕੜੀਆਂ ਲੈਣ ਤੁਰ ਪਿਆ। ਉਸ ਦਿਨ ਵੀ ਉਸਨੇ ਉਹੀ ਦੇਖਿਆ ਕਿ ਸ਼ੇਰ ਫਿਰ ਆਇਆ ਅਤੇ ਲੂੰਬੜੀ ਨੂੰ ਮਾਸ ਦਾ ਟੁਕੜਾ ਦੇ ਕੇ ਵਾਪਸ ਚਲਾ ਗਿਆ। ਕਿਸਾਨ ਨੇ ਸਭ ਦੇਖ ਕੇ ਹੈਰਾਨ ਸੀ। ਕਿਸਾਨ ਨੇ ਮਹਿਸੂਸ ਕੀਤਾ ਕਿ ਪਰਮਾਤਮਾ ਜਿਸ ਨੂੰ ਪੈਦਾ ਕਰਦਾ ਹੈ ਉਸਨੂੰ ਰੋਟੀ ਵੀ ਦਿੰਦਾ ਹੈ। ਇਹ ਸਭ ਦੇਖਣ ਤੋਂ ਬਾਅਦ ਕਿਸਾਨ ਇੱਕ ਸੰਘਣੇ ਜੰਗਲ ਵਿੱਚ ਚਲਾ ਗਿਆ ਅਤੇ ਜਾ ਕੇ ਇੱਕ ਰੁੱਖ ਹੇਠਾਂ ਬੈਠ ਗਿਆ। ਉਸਨੇ ਇਹ ਸੋਚਿਆ ਕਿ ਜੇਕਰ ਲੂੰਬੜੀ ਨੂੰ ਰੋਟੀ ਮਿਲ ਸਕਦੀ ਹੈ ਤਾਂ ਮੈਨੂੰ ਵੀ ਪਰਮਾਤਮਾ ਬੈਠੇ ਨੂੰ ਹੀ ਰੋਟੀ ਦੇਵੇਗਾ। ਕਿੰਨੇ ਦਿਨ ਬੀਤ ਜਾਣ ਤੋਂ ਬਾਅਦ ਉਸਨੂੰ ਕੋਈ ਵੀ ਰੋਟੀ ਦੇਣ ਨਾ ਆਇਆ ਅਤੇ ਉਹ ਕਾਫ਼ੀ ਕਮਜ਼ੋਰ ਹੋ ਗਿਆ। ਉਹ ਆਪਣੇ ਘਰ ਜਾਣ ਬਾਰੇ ਸੋਚ ਹੀ ਰਿਹਾ ਸੀ ਕਿ ਇੰਨੀ ਦੇਰ ਤੱਕ ਉੱਥੇ ਇੱਕ ਮਹਾਤਮਾ ਆਏ ਅਤੇ ਕਿਸਾਨ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈ। ਕਿਸਾਨ ਨੇ ਮਹਾਤਮਾ ਨੂੰ ਸ਼ੇਰ ਅਤੇ ਲੂੰਬੜੀ ਵਾਲੀ ਕਹਾਣੀ ਸੁਣਾਈ। ਮਹਾਤਮਾ ਮੁਸਕਰਾਏ ਅਤੇ ਕਿਸਾਨ ਨੂੰ ਕਿਹਾ ਕਿ ਤੂੰ ਪਰਮਾਤਮਾ ਦਾ ਇਸ਼ਾਰਾ ਨਹੀਂ ਸਮਝਿਆ। ਪਰਮਾਤਮਾ ਤੈਨੂੰ ਉਸ ਸ਼ੇਰ ਦੀ ਤਰ੍ਹਾਂ ਕਿਸੇ ਦੀ ਮਦਦ ਕਰਦੇ ਦੇਖਣਾ ਚਾਹੁੰਦੇ ਸੀ ਅਤੇ ਤੂੰ ਸ਼ੇਰ ਬਣਨ ਦੀ ਬਜਾਏ ਲੂੰਬੜੀ ਬਣ ਕੇ ਬੈਠ ਗਿਆ। ਸਾਨੂੰ ਸਾਰਿਆਂ ਨੂੰ ਸ਼ੇਰ ਵਾਂਗ ਬੇਵੱਸ ਅਤੇ ਲਾਚਾਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਸਮਝਦਾਰ ਇਨਸਾਨ ਉਹੀ ਹੈ ਜੋ ਕੁਦਰਤ ਦਾ ਸਹੀ ਇਸ਼ਾਰਾ ਸਮਝਦਾ ਹੈ, ਨਾ ਕਿ ਗਲਤ ਇਸ਼ਾਰਾ। ਇਸ ਤਰ੍ਹਾਂ ਦੇ ਹੋਰ ਵਿਚਾਰ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।